स्वागत है किसान वीरों तुहाडा सिद कडेरी फार्मिंग दे विच। किसान वीरों अज जिहड़ी वीडियो बना रहे हैं ये फरीदकोट शहर तो फरीदकोट शहर तो कोटकपुरा रोड से माई गोदड़ी दोस्तों माई गोदड़ी साहब एक गुरद्वारा साहब आउंदा जिहदे आले दुआले काफ़ी सारे घर है उहदे करके माई गोदड़ी पिंड भी कहा जाता। जिहड़े घर चो वीडियो बना रहे हैं दोस्तों इन्हां वीरां कोल पशु जिहड़े आउंदे है मेन काम इन्हों का जो दुध का है घर के वीर इतने आस पास के इन्हों तो दुध खरीदते हैं पर नाल कदे कदे पशु जो विक्री वास्ते भी होंगे। अज थोनू दो मझां दिखाउणियां ते एक दिखाउणी है देसी गां। मझां की खासियत यह है दोस्तों जिहड़ी मैं ये मानदा भी जे 90% कोई वीर मझां रखते हैं तो उन्होंने एक समस्या ये आती है भी मझां गब्बण होने तो बाद दुध थोड़ा टाइम दिंदियां है पर दो एव जिहियां मझां दिखा दूंगा जिहड़ियां गब्बण होने तो बाद दुध HF गावां वांगू दिंदियां जिन्हां नूं छड्डना आप पैंदा। सो ये वीडियो खास रहूगी उन्हां वीरां वास्ते दो नाग दोस्तों मझां दे ते एक गां तुहानूं दिखाउणी। आओ वीडियो की शुरुआत करदे हां। गां बारे पहलां डिटेल पुछ लैंदे हां ते मझां जिहड़ियां उह तुहानूं बाद च दिखाउणे हां। भाई सत श्री अकाल। सत श्री अकाल जी। नाम दसी वीरां? हरप्रीत सिंह जी। ठीक है हरप्रीत भाई ਅੱਜ ਜਿਹੜੇ ਤਿੰਨ ਨਾਗ ਵਕਾਉ ਕੀਤੇ ਨਾ ਚ ਇੱਕ ਗਾਂ ਤੇਰੇ ਕੋਲ ਦੇਸੀ। ਹਾਂਜੀ ਹਾਂਜੀ। ਕਿੰਨਾ ਸੂਆ ਸੂਈ ਹੈ? ਇਹ ਦੂਜਾ ਸੂਆ ਸੀ। ਕਿੰਨਾ ਚਿਰ ਹੋ ਗਿਆ ਉਸ ਸੂਈ ਨੂੰ? ਸੂਈ ਨੂੰ ਹੋ ਗਏ ਇਹਨੂੰ 5-6 ਮਹੀਨੇ। ਠੀਕ ਹੈ ਗੱਬਣ ਹੋ ਗਈ ਬਈ ਇਹ? ਗੱਬਣ ਹੋ ਗਈ ਬਈ ਚੈੱਕ ਪਾਸ ਨਹੀਂ ਹੋਣੀ ਅਜੇ। ਚੈੱਕ ਪਾਸ ਨਹੀਂ ਹੋਣੀ। ਠੀਕ ਹੈ ਤੇ ਉਂ ਟੀਕਾ ਭਰਾਇਆ ਵੇ? ਟੀਕਾ ਭਰਾਇਆ। ਦੁੱਧ ਹੁਣ ਕਿੰਨਾ ਦਿੰਦੀ ਹੈ? ਦੁੱਧ 5 ਕਿਲੋ ਜੀ। ਦੋਵਾਂ ਟਾਈਮਾਂ ਦਾ? ਦੋਵਾਂ ਟਾਈਮਾਂ। ਮਿਲਦੀ ਵੱਛੀ ਤੇ ਹੈ? ਮਿਲਦੀ ਨਹੀਂ ਵੱਛੀ ਕੋਲੇ ਬਰਨੀ ਪੈਂਦੀ ਵੈਸੇ ਉੱਦਾਂ ਹੀ ਮਿਲ ਪੈਂਦੀ ਪਰ ਮੈਲੂਨ ਪੈਂਦੀ ਹੈ। ਹਾਂ ਰੇਟ ਕੀ ਰੱਖਿਆ ਇਹਦਾ? ਰੇਟ 9000 ਰੁਪਏ। 9000 ਸੁਬਾਹ ਚਵਾਈ ਹੋਈ ਹੈ ਜੀ? ਸੁਬਾਹ ਚਵਾਈ ਕਰ ਲਈ ਅੱਜ। ਠੀਕ ਹੈ ਦੋਸਤੋ 5 ਕਿਲੋ ਦੁੱਧ ਦੋਵਾਂ ਟਾਈਮਾਂ ਦਾ ਦਿੰਦੀ ਹੈ ਦੇਸੀ ਗਾਂ। ਬੱਚਾ ਇਹਦੇ ਨਾਲ ਵੱਛੀ ਇੱਧਰ ਖੜੀ ਹੈ ਤੇ ਵੱਛੀ ਦੇ ਜਮਾਂਦਰੂ ਸਿੰਘ ਉੱਗੇ ਨਹੀਂ ਗਏ ਨਾ ਦਗਾਏ ਆ ਤੇ ਨਾ ਜਨਮ ਤੋਂ ਹੀ ਇਹਦੇ ਸਿੰਘ ਆਏ ਆ। ਸੋ ਇਹ ਗਾਂ ਦੋਸਤੋ ਦੂਜਾ ਸੂਆ ਸੂਈ ਵੀ 5 ਕਿਲੋ ਦੁੱਧ ਤੇ 9000 ਇਹਦਾ ਰੇਟ ਆ। ਜੇ ਕੋਈ ਵੀਰ ਦੇਸੀ ਗਾਂ ਦਾ ਦੁੱਧ ਪੀਣਾ ਚਾਹੁੰਦਾ ਤਾਂ 5 ਕਿਲੋ ਦੁੱਧ ਦੇ ਰਹੀ ਹੈ ਤੇ 9000 ਇਹਦਾ ਰੇਟ ਆ। ਸ਼ੁਰੂਆਤ ਮੱਝਾਂ ਤੋਂ ਕਰਦੇ ਹਾਂ ਜਿਹੜੀ ਪਹਿਲੇ ਨੰਬਰ ਤੇ ਮੱਝ ਆ ਵੀਰ ਕਿੰਨਵਾਂ ਸੂਆ? ਇਹ 2 ਸੂਏ ਸੂਈ ਹੈ ਜੀ। ਤੀਜਾ ਸੂਆ ਇਹਦਾ ਗੱਬਣ ਹੁਣ। ਕਿੰਨੇ ਚਿਰ ਦੀ ਗੱਬਣ? ਇਹ 7 ਮਹੀਨੇ ਪੂਰੇ 8ਵਾਂ ਚੱਲੀ ਜਾਂਦਾ ਹੁਣ। 8ਵਾਂ ਚੱਲੀ ਜਾਂਦਾ। ਦੁੱਧ ਦਿੰਦੀ ਹੈ ਬਈ? ਹਾਂ ਦੁੱਧ 6 ਕਿਲੋ। ਦੋਵਾਂ ਟਾਈਮਾਂ ਦਾ? ਦੋਵਾਂ ਟਾਈਮਾਂ 6 ਕਿਲੋ ਪਹਾੜੇ ਤੇ ਮਿਲਦੀ। ਪਹਾੜੇ ਤੇ ਮਿਲਦੀ? ਹਾਂ। ਰੇਟ ਕੀ ਰੱਖਿਆ? ਰੇਟ 75000। ਖੋਲੀ ਤੋਰੀਆਂ ਦੋਸਤੋ ਤੀਜੇ ਸੂਏ ਵਾਸਤੇ ਵੀਰ ਦੱਸਦਾ ਵੀ ਸੋਨਾ 75000 ਇਹਦਾ ਰੇਟ ਹੈ। 6 ਕਿਲੋ ਦੁੱਧ ਦੋਵਾਂ ਟਾਈਮਾਂ ਦਾ ਦੇ ਰਹੀ ਹੈ ਮੱਝ ਤੇ ਦੋਨੇ ਟਾਈਮ ਚਾਰਟ ਤੇ ਮਿਲਦੀ ਹੈ। ਕਿੰਨੀ ਖਾਸ ਗੱਲ ਹੈ 7 ਮਹੀਨਿਆਂ ਦੀ ਗੱਬਣ 8ਵਾਂ ਇਹਨੂੰ ਲੱਗਾ ਵਿਆ ਇਹਨੂੰ ਤੇ ਉਹਨਾਂ ਮੱਝਾਂ ਚੋਂ ਜਿਹਨਾਂ ਨੂੰ ਡਰਾਈ ਆਪ ਕਰਨਾ ਪੈਂਦਾ ਕੱਦ ਦਰਮਿਆਨੇ ਦੀ ਹੈ ਜੈਡ ਬਲੈਕ ਬਾ ਮੋੜ ਲਾ ਬਈ ਹਵਾਨਾ ਹੁਣ ਵੀ ਜੇ ਤੁਸੀਂ ਦੇਖੋ ਹਾਲਾਂਕਿ ਜੀ ਮੈਂ ਦੱਸ ਦਿੰਦਾ ਵੀ ਸੁਬਾਹ ਚਵਾਈ ਨਹੀਂ ਹੋਈ ਵੀ ਚਵਾਈ ਇਦੋਂ ਬਾਅਦ ਚ ਹੋਣੀ ਹੈ ਕਿਉਂਕਿ ਮੈਂ ਵੀਡੀਓ ਬਣਾਉਣ ਆਉਣਾ ਸੀ ਟਾਈਮ 7:30 ਦਾ ਹੋਇਆ ਪਿਆ ਮਿਲਕਿੰਗ ਹੋਣੀ ਹੈ ਪਰ ਇਸ ਟਾਈਮ ਜਿਹੜਾ ਹਵਾਨਾ ਹੈ ਉਹ ਸੱਜਰ ਮੱਝਾਂ ਜਿੰਨਾ ਇਹਦਾ ਤੁਹਾਨੂੰ ਜਦੋਂ ਵੀਰ ਨੇ ਇਹਨੂੰ ਬੰਨਤਾ ਉਦੋਂ ਦਿਖਾਊਂਗਾ ਤਾਜ਼ੀ ਦਾ ਦੁੱਧ ਵੀ ਇਹਦਾ ਮਤਲਬ ਚੰਗਾ ਰਿਹਾ ਹੋਊਗਾ ਜੇ ਹੁਣ 6 ਕਿਲੋ ਇਹ 7 ਮਹੀਨਿਆਂ ਦੀ ਗੱਬਣ ਦੇ ਰਹੀ ਹੈ 13-14 ਕਿਲੋ ਦੁੱਧ ਵੀਰ ਕਹਿੰਦਾ ਇਹ ਤਾਜ਼ੀ ਵੀ ਦੇ ਦਿੰਦੀ ਹੈ ਹਵਾਨਾ ਤੁਸੀਂ ਦੇਖੋ ਇਹਦਾ ਤੁਸੀਂ ਕਾਫੀ ਸੋਹਣਾ ਹਵਾਨਾ ਇਸ ਟਾਈਮ ਵੀ ਦਿਖਾ ਰਹੀ ਥੋੜਾ ਜਿਹਾ ਮੈਥੋਂ ਡਰਦੀ ਹੈ ਮੱਝ ਪਰ ਹਵਾਨਾ ਸੱਜਣਾ ਜਿੰਨਾ ਸੋ ਇਹ ਮੱਝ ਇਸ ਟਾਈਮ ਗੱਬਣ ਆ ਦੋਸਤੋ 7 ਮਹੀਨਿਆਂ ਤੋਂ ਉੱਤੇ ਹੋ ਗਈ 8ਵਾਂ ਲੱਗਾ ਪਿਆ ਹਵਾਨਾ ਫਿਰ ਤੁਸੀਂ ਦੇਖੋ ਧਿਆਨ ਨਾਲ ਤਾਜ਼ੀਆਂ ਮੱਝਾਂ ਜਿੰਨਾ ਹਵਾਨਾ ਇਸ ਟਾਈਮ ਵੀ ਹੈ 75000 ਰੇਟ ਹੈ ਤੇ ਠੰਡੀ ਸੀਲ ਮੱਝ ਹੈ ਇਸ ਪੱਖ ਤੋਂ ਕਿਉਂਕਿ ਲੰਬਾ ਟਾਈਮ ਦੁੱਧ ਦੇ ਰਹੀ ਹੈ ਇੱਕ ਝੋਟੀ ਹੋਰ ਵੀਰ ਕੋਲ ਵਿਕਰੀ ਵਾਸਤੇ ਹੈ ਗ੍ਰੇਡਡ ਹੈ ਪਰ ਚੰਗੇ ਦੁੱਧ ਵਾਲੀ ਇਹ ਵੀ ਦੱਸਦਾ ਹਵਾਨਾ ਐਵੇਂ ਦੇਖ ਲਓ ਦੋਸਤੋ ਜਦੋਂ ਤੋਰਦੇ ਹੈ ਉਦੋਂ ਪਸ਼ੂ ਉਪਰੇ ਬੰਦੇ ਤੋਂ ਡਰਦਾ ਫਿਰ ਹਵਾਨਾ ਨਹੀਂ ਸਹੀ ਦਿਖਾਉਂਦਾ ਨਾੜਾਂ ਇਹਦੇ ਹਵਾਨੇ ਤੇ ਤੁਹਾਨੂੰ ਜ਼ਰੂਰ ਦਿਖਾਊਂਗਾ ਜੇ ਇਹਨੇ ਦਿਖਾ ਲਈਆਂ ਤਾਂ ਇਹ ਕਿੰਨਵਾਂ ਸੂਆ ਹਰਪ੍ਰੀਤ ਭਾਈ? ਇਹਨੇ ਵੀ ਤੀਜਾ ਸੂਆ ਸੁਣਾ ਜੀ 2 ਸੂਏ ਸੂਈ ਹੈ। ਠੀਕ ਹੈ ਇਹ ਕਿੰਨੇ ਚਿਰ ਦੀ ਗੱਬਣ? ਇਹ ਵੀ ਬਰਾਬਰ ਹੀ ਹੈ ਦੋਵੇਂ ਇਕੱਠੀਆਂ ਬਣੀਆਂ ਬਰਾਬਰ ਹੀ ਹੈ। ਹਾਂਜੀ ਹਾਂਜੀ। ਅੱਛਾ 7 ਦੀ ਇਹ ਗੱਬਣ ਹੋ ਗਈ ਤੇ ਇਹਦੇ ਥੱਲੇ ਦੁੱਧ ਹੁਣ ਕਿੰਨਾ? ਦੁੱਧ ਦੇ ਥੱਲੇ 6 ਕਿਲੋ। 6 ਕਿਲੋ ਹੈਗਾ। ਹਾਂਜੀ ਇਹ ਵੀ ਚਾਰਟ ਤੇ ਮਿਲ? ਚਾਰਟ ਤੇ ਮਿਲ। ਦੋਨੇ ਟਾਈਮ ਮਿਲ ਪੈਂਦੇ? ਦੋਨੇ ਟਾਈਮ ਮਿਲ। ਰੇਟ ਦਾ? ਰੇਟ 75000। ਦੋਸਤੋ ਇਹਦੇ 'ਚ ਵੀ ਸੇਮ ਹੀ ਹੈ ਰੇਟ ਵੀ ਬਰਾਬਰ ਦੋਵਾਂ ਮੱਝਾਂ ਦਾ 75000 ਹੀ ਇਸ ਮੱਝ ਦਾ 7 ਮਹੀਨਿਆਂ ਦੀ ਗੱਬਣ ਹੈ ਤੇ 8ਵਾਂ ਚੱਲੀ ਜਾਂਦਾ 6 ਕਿਲੋ ਦੁੱਧ ਇਹ ਵੀ ਦੇਈ ਜਾਂਦੀ ਹੈ ਇਹ ਮੱਝ ਗ੍ਰੇਡਡ ਹੈ ਥੋੜਾ ਜਿਹਾ ਰੋਸ਼ਾ ਪਾਣੇ ਇਹਦੀਆਂ ਲੱਤਾਂ ਤੇ ਪਰ ਹਵਾਨਾ ਇਹਦਾ ਫਿਕਸ ਹੈ ਜਿੰਨਾ ਵੀ ਹੈਗਾ ਤੁਸੀਂ ਹੁਣ ਵੀ ਦੇਖੋਗੇ ਖੋਲ ਕੇ ਤੋਰ ਬਈ ਇਹਨੂੰ ਸੋ ਤੋਰ ਕੇ ਤੁਹਾਨੂੰ ਇਹ ਵੀ ਦਿਖਾ ਦਿੰਦੇ ਹਾਂ ਇਹ ਦੋਨੇ ਮੱਝਾਂ ਬਾਰੇ ਤੁਸੀਂ ਸੋਚ ਸਕਦੇ ਹੋ ਹਾਲਾਂਕਿ ਰੇਟ ਤੁਹਾਨੂੰ ਜੱਜਣਾ ਚਾਹੀਦਾ ਮੈਂ ਇਸ ਗੱਲੋਂ ਕਹਿਤਾ ਵੀ ਜੇ ਤੁਸੀਂ ਇਹ ਸੋਚਦੇ ਹੋ ਵੀ ਮੱਝ ਲੰਬਾ ਟਾਈਮ ਦੁੱਧ ਨਹੀਂ ਪਿਆਉਂਦੀ ਤਾਂ ਇਹ ਮੱਝਾਂ ਉਹਨਾਂ ਚੋਂ ਆ ਜਿਹੜੀਆਂ ਦੁੱਧ ਲੰਬਾ ਟਾਈਮ ਪਿਆਉਂਦੀਆਂ ਹਵਾਨਾ ਫਿਕਸ ਹੈ
ਆਰਡਰ ਪਰ ਚੌੜਾ ਹਵਾਨਾ ਮੁੱਢ ਦੇ ਵਿੱਚੋਂ ਚੰਗਾ ਹਵਾਨਾ ਦਿਖਾਉਂਦੀ ਕੱਦ ਦਰਮਿਆਨੇ ਦੀ ਹੈ ਝੋਟੀ ਪਰ ਸੋਹਣੀ ਝੋਟੀ ਖਾਣ ਹਵਾਨੇ ਵਾਲੇ ਪੱਖ ਤੋਂ ਵੀ ਬਾਕੀ ਇਹਨਾਂ ਦੀ ਜਿਹੜੀ ਖੂਬੀ ਮੈਨੂੰ ਲੱਗੀ ਉਹ ਦੋਵਾਂ ਮੱਝਾਂ ਦੀ ਇਹ ਆ ਵੀ ਇਹ ਲਿਆ ਬਾਈ ਅੱਠ ਅੱਠ ਮਹੀਨਿਆਂ ਦੀਆਂ ਸੱਤਾਂ ਸੱਤਾਂ ਦੀਆਂ ਗੱਭਣ ਹੋ ਗਈਆਂ ਦੁੱਧ ਹਜੇ ਵੀ ਚੰਗਾ ਦੇ ਰਹੀਆਂ ਛੇ ਛੇ ਕਿਲੋ ਦੁੱਧ ਇਹਦਾ ਮਤਲਬ ਇਹਨਾਂ ਦਾ ਡਰਾਈ ਟਾਈਮ ਜਿਹੜਾ ਉਹ ਚੰਗਾ ਲੰਬਾ ਟਾਈਮ ਦੁੱਧ ਪਿਆਉਣ ਵਾਲੀਆਂ ਮੱਝਾਂ ਇਹਦਾ ਵੀ ਰੇਟ 75,000 ਹੈ ਸੋਹਣੀ ਮੱਝ ਹੈ ਥਣ ਹਵਾਨਾ ਸਾਫ਼ ਆ ਬਿਲਕੁਲ ਕੋਈ ਵਾਧ ਘਾਟ ਦਿਸਦੀ ਨਹੀਂ ਹਵਾਨੇ 'ਤੇ ਨਾੜਾਂ ਵੀ ਚੰਗੀਆਂ ਅਤੇ ਦੂਜੀ ਮੱਝ ਜਿਹੜੀ ਤੁਹਾਨੂੰ ਦਿਖਾਈ ਉਹਦਾ ਵੀ ਹਵਾਨਾ ਬਹੁਤ ਸੋਹਣਾ ਅਤੇ ਗਾਂ ਦੋਸਤੋ ਇੱਕ ਤੁਸੀਂ ਇਹ ਮੰਨ ਲਓ ਵੀ ਤੁਹਾਡਾ ਜੇ ਕੋਈ ਵੀਰ ਨੂੰ 5-4 ਕਿਲੋ ਦੁੱਧ ਦੀ ਲੋੜ ਹੈ ਤਾਂ ਤੁਸੀਂ 9,000 'ਚ ਗਾਂ ਖਰੀਦ ਲਓ ਤੁਹਾਡਾ ਦੁੱਧ ਇਹ ਡੰਗਾ ਲਾ ਦੂਗੀ ਬਾਕੀ ਗੱਭਣ ਨਿਕਲ ਆਉਂਦੀ ਹੈ ਤਾਂ ਅੱਗੇ 500 ਦੇਸੀ ਗਾਂ ਬਣ ਜੂਗੀ ਪਰ ਮੱਝਾਂ ਦੋਵੇਂ ਚੰਗੀਆਂ ਡਿਮਾਂਡ 75,000 ਹੈ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ